कांग्रेस पार्टी ਤੇ अकाली दल ਨੂੰ उस वे झटका लगा जब बलदेव सिंह ਮਹਿਤਿਆਂ ਦੀ अगवाई हेठ पिंडी ਔਲਖ ਕਲਾਂ ਦੇ 17 परिवार आम आदमी पार्टी ਵਿੱਚ शामिल ਹੋਏ। कुलदीप सिंह, सुखविंदर सिंह, ਰਜਿੰਦਰਪਾਲ ਸਿੰਘ, गुरदीप सिंह, सूबा सिंह, सरवण सिंह, जज सिंह, कुलवंत सिंह, गुरवेल सिंह, नरेंद्र सिंह, माना मसीह, बीहर मसीह, मनजीत सिंह, संदीप सिंह, बलदेव सिंह, प्रगट सिंह, खुशपाल सिंह, पहलवान जसपाल सिंह आम आदमी पार्टी में शामिल होए। पिंडी सैदा तो पत्रकार जसबीर सिंह ਔਲਖ की विशेष रिपोर्ट। बोले सो निहा वाहिगुरु जी का खालसा वाहिगुरु जी। ਜਿੰਨੇ ਮੈਂ ਵੀਰੇ ਵੀਰ ਸਾਰੇ ਆਏ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਨਾਲ ਯਾਰਾਂ ਮਿੱਤਰਾਂ ਨੂੰ ਨਾਲ ਜੋੜੋ ਆਮ ਆਦਮੀ ਪਾਰਟੀ ਦੇ ਨਾਲ ਅਤੇ ਬਲਦੇਵ ਭਾਅ ਜੀ ਨੂੰ ਆਪਾਂ ਵੱਡੇ ਫਰਕ ਨਾਲ ਜਿਤਾਈਏ। ਬਸ ਜੀ ਇੰਨਾ ਕੁਛ ਹੀ ਕਹਿੰਦਾ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਲਗਭਗ ਤੁਹਾਨੂੰ ਸਾਰਿਆਂ ਵੀਰਾਂ ਨੂੰ ਪਤਾ ਹੈ ਕਿ ਹੁਣ ਇਲੈਕਸ਼ਨ ਦਾ ਦੌਰ ਆ। ਸੋ ਅਸੀਂ ਅੱਜ ਪਿੰਡੀਆਂ ਦੇ ਵਿੱਚ ਪਹੁੰਚੇ ਹਾਂ ਜੀ, ਪਿੰਡੀ ਔਲਖ ਦੇ ਵਿੱਚ। ਸੋ ਇੱਥੇ ਅੱਜ ਬਹੁਤ ਪਹੁੰਚ ਕੇ ਖੁਸ਼ੀ ਹੋਈ ਕਿ ਅਸੀਂ ਅਨੇਕਾਂ ਪਰਿਵਾਰ, ਇੱਕ ਦਰਜਨ ਤੋਂ ਵੱਧ ਪਰਿਵਾਰ ਸੀ ਜਿਹੜੇ ਸਾਡੇ ਅਕਾਲੀ ਦਲ ਔਰ ਕਾਂਗਰਸ ਨੂੰ ਦੋਨਾਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੀ ਇੱਕ ਸੋਚ ਵਿਚਾਰ ਧਾਰਾ ਦੇ ਨਾਲ ਅੱਜ ਜੁੜੇ ਨੇ ਔਰ ਇਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਇੱਥੋਂ ਕਿ ਜਿਹੜਾ ਅਸੀਂ ਆਮ ਆਦਮੀ ਪਾਰਟੀ ਦਾ ਜਿਹੜਾ ਬਹੁਤ ਭਾਰੀ ਲੀਡ ਦੇ ਨਾਲ ਇੱਥੋਂ ਅਸੀਂ ਬੂਥ ਜਿਤਾਵਾਂਗੇ ਤਾਂ ਕਿ ਜੋ 75 ਸਾਲਾਂ ਤੋਂ ਇਹ ਦੇਖ ਹੀ ਰਹੇ ਨੇ ਸਾਡੇ ਪੰਜਾਬ ਦੇ ਹਾਲਾਤ ਕੀ ਬਣਾਤੇ ਨੇ ਇਹਨਾਂ ਰਵਾਇਤੀ ਪਾਰਟੀਆਂ ਨੇ। ਸੋ ਸਾਡੇ ਵੱਲੋਂ ਵੀ ਇਹਨਾਂ ਨੂੰ ਇੱਕ ਵਿਸ਼ਵਾਸ ਦਵਾਇਆ ਗਿਆ ਕਿ ਤੁਸੀਂ ਇੱਕ ਸਾਨੂੰ 5 ਸਾਲ ਦਾ ਜਿਹੜਾ ਮੌਕਾ ਆ ਤੁਸੀਂ ਦੇ ਕੇ ਦੇਖੋ, ਜਿਸ ਤਰ੍ਹਾਂ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਹੁਣਾਂ ਨੇ ਕੰਮ ਕੀਤਾ।